ਜਿਉਂਦੇ ਰਹੋ। ਖੁੱਲ ਕੇ ਬੋਲੋ, ਖੁੱਲ ਕੇ ਥੋੜੀ ਐਨਰਜੀ ਲਾਓ ਹੋਰ। ਕਲਾ ਸਮਰੱਥ ਡੰਡੋਤ ਬੰਧਨ ਅਨਕਬਾਰ, ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ, ਨਾਨਕ ਦੇ ਕਰ ਬੇਸ਼ਮਾਰ ਅਥਾ ਅਗਣਤ ਅਤੁਲ। ਜਿਉਂ ਬਲਾਵ ਹੋ ਤਿਉਂ ਨਾਨਕ ਦਾਸ ਬੋਲੇ, ਜਿਉਂ ਬਲਾਵ ਹੋ ਤਿਉਂ ਨਾਨਕ ਦਾਸ ਬੋਲੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੂਜੀ ਛੋੜ ਕਵਾਟੜੀ, ਦੂਜੀ ਛੋੜ ਕਵਾਟੜੀ। ਗੁਰੂ ਸਾਹਿਬ ਸਾਨੂੰ ਕਹਿੰਦੇ ਇੱਕ ਵਾਟ ਹੁੰਦੀ, ਵਾਟ ਬਨੇਰਾ, ਰਾਹ ਤੋਂ ਉਲਟ ਤੁਰੀਏ ਤੇ ਲੋਕੀ ਕਹਿੰਦੇ ਕਿਰਾਏ ਪੈ ਗਿਆ। ਕੁਆਟਰੀ ਦਾ ਮਤਲਬ ਕਿਰਾਏ। ਜਿਹੜਾ ਤੂੰ ਦੂਸਰਾ ਰਾਹ ਫੜ ਲਿਆ ਨਾ, ਉਹਨੂੰ ਛੱਡ ਦੇ, ਇਸ ਰਾਹ ਤੋਂ ਇਲਾਵਾ। ਆਖੋ ਵਾਹਿਗੁਰੂ। ਪਤਾ ਲੱਗਾ ਜੀ ਮੈਂ ਕੀ ਕਿਹਾ? ਦੂਜੀ ਛੋੜ ਕਵਾਟੜੀ, ਇੱਕ ਸਿਉ ਚਿਤ ਲਾਏ, ਇੱਕ ਰਾਹ ਫੜ ਲਾ। ਭੁੱਲੇ ਮਾਰਗ ਜਿਹਨੇ ਬਤਾਇਆ, ਉਹ ਕਿਹੜਾ ਜੀ? ਸਿਮਰ ਮਨਾ, ਆਹ ਵਾ ਉਹ ਰਾਹ ਜਿਹੜਾ ਗੁਰੂ ਨੇ ਦੱਸਿਆ। ਮਨ ਨੂੰ ਕਿਹਾ, ਮੇਰੇ ਮਨਾ ਸਿਮਰਨ ਕਰਿਆ ਕਰ, ਇਹ ਰਾਹ ਵਾ। ਦੂਸਰੇ ਕੁਰਾਨ ਨੇ ਬੜਾ ਆਉਂਦੇ, ਇਹਨਾਂ ਦਾ ਬੱਚਾ ਬੋਲਦੀ ਨਹੀਂ ਜੀ, ਇਹਨਾਂ ਦਾ ਬੱਚਾ ਕੁਰਾਏ ਪੈ ਗਿਆ, ਸਾਰਾ ਪਰਿਵਾਰ ਚਿੰਤਤ ਹੈ। ਤੁਹਾਡਾ ਵੀ ਕੋਈ ਪਿਓ ਹੈ? ਜਿਤਨਾ ਇੱਕ ਬਾਪ ਜਿਹਦਾ ਬੱਚਾ ਕਿਰਾਏ ਪੈ ਜਾਏ ਤੇ ਬਾਪ ਕੀ ਹੁੰਦਾ? ਚਿੰਤਤ ਹੁੰਦਾ। ਤੁਹਾਡੇ ਬਾਪ ਦਾ ਨਾਮ ਗੁਰੂ ਗੋਬਿੰਦ ਸਿੰਘ ਸਾਹਿਬ ਹੈ। ਅਚਿੰਤਿਆ ਵਾਹਿਗੁਰੂ ਪਰਮੇਸ਼ੁਰ, ਫਿਕਰ ਤਾਂ ਕਰਦਾ। ਜਾਵੇ ਗਹੇ ਮੈਂ ਨਾ ਕਰੂੰ ਇਨਕੀ ਪ੍ਰਤੀ, ਜਿੰਨਾ ਚਿਰ ਮੇਰੇ ਰਾਹ ਤੇ ਚੱਲਣਗੇ, ਦੁਨੀਆਂ ਦੇ ਰਾਹਾਂ ਨੂੰ ਛੱਡ ਦੇਣਗੇ, ਗੁਰਮਤਿ ਦੇ ਰਾਹ ਤੇ ਚੱਲਣਗੇ, ਤਬ ਲਗ ਤੇਜ ਦੀਓ ਮੈਂ। ਤੁਸੀਂ ਸੋਚਿਆ ਕਦੀ ਗੁਰੂ ਗੋਬਿੰਦ ਸਿੰਘ ਕੋਲ ਕਿੰਨਾ ਕੁ ਤੇਜ ਹੋ? ਗੁਰੂ ਗੋਬਿੰਦ ਸਿੰਘ ਸਾਹਿਬ ਵਿੱਚ ਤੇ ਰੱਬ ਵਿੱਚ ਕੋਈ ਭੇਦ ਨਹੀਂ। ਕਰੋੜਾਂ ਸੂਰਜਾਂ ਦਾ ਤੇਜ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ, ਕਰੋੜਾਂ ਚੰਦਰਮਿਆਂ ਦੀ ਸ਼ਾਂਤੀ ਹੈ ਕਿਹਦੇ ਕੋਲ? ਜਿਹਨਾਂ ਨੇ ਵੇਖਿਆ। ਚੜ ਕੇ ਕੋਈ ਜਰਨੈਲ ਆਇਆ, ਨਾਮ ਸੈਦ ਖਾਂ ਸੀ, ਕੀ ਨਾਮ ਬੋਲੋ? ਸੈਦ ਖਾਂ ਸੀ। ਇੱਧਰ ਆ ਜਾਓ ਅੱਗੇ, ਸੈਦ ਖਾਂ ਸੀ ਤੇ ਕੁਰਾਨ ਦੀ ਕਸਮ ਖਾ ਕੇ ਆਇਆ ਵੀ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜਾਂ ਜਿਉਂਦਾ ਜਾਂ ਮੁਰਦਾ। ਵੇਖੋ ਕਿੰਨਾ ਮੂੰਹ ਪਾਟਾ ਉਹਦਾ, ਕਿੰਨੀ ਅਗਿਆਨਤਾ ਹੋ ਗਈ ਉਹਦੀ, ਆਪਾਂ ਨੂੰ ਨਹੀਂ ਸੀ ਜਾਣਦਾ। ਆਖੋ ਵਾਹਿਗੁਰੂ। ਕੁਰਾਨ ਦੀ ਕਸਮ ਖਾਈ, ਔਰੰਗਜ਼ੇਬ ਨੂੰ ਕਿਹਾ ਮੈਂ ਜਿਉਂਦਾ ਜਾਂ ਮੁਰਦਾ ਲੈ ਕੇ ਆਊਂਗਾ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ, ਤੇਰੇ ਨਾਲ ਵਚਨ ਕਰਕੇ ਚੱਲਿਆ, ਕੁਰਾਨ ਦੀ ਕਸਮ ਖਾ ਕੇ ਚੱਲਿਆ।
ਕਾਲੇ ਘੋੜੇ ਤੇ ਚੜਿਆ, ਇਹਨਾਂ ਨੋਟ ਕਰਿਓ, ਘੋੜਾ ਵੀ ਕਾਲਾ, ਮਨ ਵੀ, ਵਿਚਾਰ ਵੀ ਰੱਬ ਨਾਲ ਦਿਸਿਆ। ਸੁਣਿਆ ਸੀ, ਭੈਣ ਬੜੀ ਸ਼ਰਧਾਲੂ ਸੀ, ਆਖੋ ਵਾਹਿਗੁਰੂ। ਭੈਣ ਕਿਹਦੀ? ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬੜੀ ਸ਼ਰਧਾਲੂ ਸੀ, ਪਣਵਈਆ ਮਰੀਦ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ। ਪੀਰ ਬੁੱਧੂ ਸ਼ਾਹ ਪਣਵਈਆ ਸੀ, ਨਸੀਰਾਂ ਭੈਣ ਸੀ। ਤੇ ਕਈ ਵਾਰ ਪਰਿਵਾਰ ਚ ਗੱਲਾਂ ਤੇ ਹੁੰਦੀਆਂ ਹੀ ਹੋਣਗੀਆਂ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ, ਪਤਾ ਲੱਗ ਰਿਹਾ ਜੀ। ਆਖਿਰ ਕਿਤੇ ਭੈਣ ਭਰਾ ਮਿਲਦੇ ਹੋਣਗੇ, ਪਣਵਈਆ ਮਿਲਦਾ ਹੋਊਗਾ, ਗੱਲਾਂ ਕਰਦੇ ਹੋਣਗੇ ਉਸ ਪਿਆਰੇ ਦੀਆਂ, ਉਸ ਪ੍ਰੀਤਮ ਪਿਆਰੇ ਦੇ ਬਚਨ ਚੱਲਦੇ ਹੋਣਗੇ। ਦਿੱਲੀਓ ਚੜ ਗਿਆ ਕੁਰਾਨ ਦੀ ਕਸਮ ਖਾ ਕੇ। ਰਸਤੇ ਦੇ ਵਿੱਚ ਸਟੌਰਾ ਪਿੰਡ ਆਇਆ। ਮੈਂ ਗੁਰੂ ਗੋਬਿੰਦ ਸਿੰਘ ਦੇ ਤੇਜ ਦੀ ਗੱਲ ਕਰਨ ਲੱਗਾ, ਚੇਤਾ ਰੱਖਿਓ ਮੈਂ ਕਿਸ ਵਿਸ਼ੇ ਤੇ ਬੋਲ ਰਿਹਾ। ਸਡੌਰਾ ਪਿੰਡ ਆਇਆ, ਸਡੌਰੇ ਦੇ ਕੋਲੋਂ ਦੀ ਲੰਘਿਆ ਤੇ ਚੇਤਾ ਆ ਗਿਆ, ਇੱਥੇ ਮੇਰੀ ਭੈਣ ਵਿਆਹੀ। ਆਖੋ ਵਾਹਿਗੁਰੂ, ਰੱਜ ਕੇ ਬੋਲੋ ਨਾ, ਇੱਥੇ ਮੇਰੀ। ਤੇ ਜਾਂਦਾ ਜਾਂਦਾ ਭੈਣ ਨੂੰ ਮਿਲਦਾ ਜਾਵਾਂ, ਭੈਣ ਦੇ ਦਰਸ਼ਨ ਕਰਦਾ ਜਾਵਾਂ। ਭੈਣ ਬੰਦੀ ਬੰਦਗੀ ਵਾਲੀ ਸੀ, ਇਹ ਸਤਿਕਾਰ ਕਰਦਾ ਸੀ ਭੈਣ ਦਾ। ਪਿੰਡ ਵਿੱਚ ਗਿਆ ਤੇ ਪਤਾ ਲੱਗਾ ਵੀ ਭੈਣ ਕਪਾਹ ਚੁਗਣ ਗਈ, ਇਤਨਾ ਇਤਿਹਾਸ ਵਿੱਚ ਲਿਖਿਆ ਗੁਰੂ ਕੇ ਸਿੱਖੋ। ਕਿੱਥੇ ਗਈ? ਆਮ ਜਾਣਿਆਂ ਨੂੰ ਤੇ ਪਤਾ ਨਹੀਂ, ਤੈਨੂੰ ਤੇ ਪਤਾ ਨਹੀਂ ਹੁਣ ਕਪਾਹ ਕਿਉਂ। ਕਪਾਹ ਚੁਗਣ ਗਈ ਸੀ ਖੇਤਾਂ ਵਿੱਚ, ਮਗਰੇ ਚਲੇ ਗਿਆ, ਕਾਲੇ ਘੋੜੇ ਤੇ ਚੜਿਆ। ਦੂਰੋਂ ਭੈਣ ਨੇ ਵੇਖਿਆ, ਤੇ ਮੁਸਲਮਾਨ ਭੈਣ ਭਰਾ ਨੂੰ ਵੇਖ ਕੇ ਐਂ ਕਰਦੇ, ਪਤਾ ਲੱਗ, ਐਂ ਕਰਦੇ, ਆਪਾਂ ਹੱਥ ਜੋੜਦੇ, ਐਂ ਕਰਦੇ, ਅਸੀਸ ਦਿੰਦੇ। ਛੋਟਾ ਭਰਾ ਆਇਆ ਘੋੜੇ ਦੇ ਕੋਲ, ਭੱਜ ਗਈ। ਆਖੋ ਵਾਹਿਗੁਰੂ, ਬਾਂਹ ਫੜ ਕੇ ਘੋੜੇ ਤੋਂ ਲਾਇਆ। ਕਿਨੂੰ? ਭਰਾ ਨੂੰ। ਵੇਖਿਆ ਬੜੀ ਦੇਰ ਬਾਅਦ ਸੀ, ਜਵਾਨ ਹੋ ਗਿਆ ਸੀ ਬਹੁਤ ਜ਼ਿਆਦਾ। ਅੱਜ ਮੇਰਾ ਵੀਰ ਕਿੱਧਰ ਨੂੰ ਚੜ੍ਹਾਈ ਕਰਕੇ ਚੱਲਿਆ, 30,000 ਨਾਲ ਫੌਜ ਆ, ਜਰਨੈਲਾਂ ਵਾਲੇ ਕੱਪੜੇ ਪਾਏ ਨੇ, ਸੰਜੋ ਪਾਈ ਹੈ ਪੱਕੀ, ਕਿੱਧਰ ਨੂੰ ਚੱਲਿਆ? ਤੇ ਸੈਦ ਖਾਨ ਨੇ ਆਖਿਆ, ਅੱਜ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜਾਂ ਜਿਉਂਦਾ ਜਾਂ ਮੁਰਦਾ ਲੈਣ ਚੱਲਿਆ। ਮਹਿਸੂਸ ਕਰ ਰਹੇ ਹੋ ਕਿ ਨਹੀਂ? ਉਤਰਾ ਨਹੀਂ ਚੱਲਣੀ ਗੱਲ, ਫਿਰ ਤੇ ਸਾਖੀ ਬਣ ਕੇ ਰਹਿ ਜਾਓ। ਮਹਿਸੂਸ ਕਰੋ, ਦੋਵਾਂ ਕਰੈਕਟਰਾਂ ਨੂੰ ਵੇਖੋ। ਆਖੋ ਵਾਹਿਗੁਰੂ। ਅੱਗੇ ਪਾਸੇ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਹੱਕ ਹੱਕ ਆਈਨਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਖਾਲਸੋ ਬਕੀਨਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਛੱਤਰੀ ਕਾ ਪੂਤ ਹੂੰ। ਅੱਗੇ ਉਹ ਖਲੋਤਾ ਹੈ ਜਿਹੜਾ ਕਹਿੰਦਾ ਮੈਂ ਛੱਤਰੀ ਦਾ ਪੁੱਤ ਹਾਂ, ਕਿਸੇ ਬਾਹਮਣ ਦਾ ਪੁੱਤ ਨਹੀਂ। ਭੈਣ ਨੂੰ ਜਾ ਕੇ ਗੋਡੀਆਂ ਹੱਥ ਲਾਇਆ। ਭੈਣ ਨੇ ਪੁੱਛਿਆ, ਮੇਰਾ ਵੀਰ ਅੱਜ ਕਿੱਧਰ ਚੱਲਿਆ? ਆਖਿਆ, ਮੈਂ ਅਨੰਦਪੁਰ ਸਾਹਿਬ ਤੇ ਚੜ੍ਹਾਈ ਕਰਕੇ ਚੱਲਿਆ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜਾਂ ਜਿੰਦਾ ਜਾਂ ਮੁਰਦਾ ਲੈਣ ਚੱਲਿਆ। ਭੈਣ ਨੇ ਬੜਾ ਪਿਆਰਾ ਹੱਥ ਚੁੱਕਿਆ ਤੇ ਭਰਾ ਦੇ ਮੂੰਹ ਤੇ ਰੱਖਤਾ। ਇਤਰਾ ਕਰਕੇ ਧਿਆਨ ਦਿਓ, ਇਤਰਾ ਹੱਥ ਰੱਖ ਕੇ ਕਹਿੰਦੀ, ਵੀਰਿਆ ਛੋਟੀ ਜ਼ਬਾਨ ਨਾਲ ਵੱਡੀਆਂ ਗੱਲਾਂ ਨਹੀਂ ਕਰੀ ਦੀਆਂ, ਜੀਵ ਤੇਰੀ ਬੜੀ ਤੇ ਗੱਲਾਂ ਤੋਂ
ਵੱਡੀਆਂ ਕਰ ਰਿਹਾ। ਅੱਜ ਤੱਕ ਤੇ ਉਹਦੇ ਤੇ ਚੜ ਕੇ ਗਿਆ ਕੋਈ ਖਾਲੀ ਆਇਆ ਨਹੀਂ, ਜਿੰਨੇ ਚੜ ਕੇ ਗਏ ਕੋਈ ਮੁੜਿਆ ਨਹੀਂ, ਖਾਲੀ ਨਹੀਂ ਆਇਆ। ਜਾਂ ਤੇ ਨਵਾਜ ਕੇ ਭੇਜਿਆ ਜਾਂ ਫਿਰ ਸਿਰ ਲਾਤਾ, ਐਡਾ ਸੂਰਮਾ ਉਹ ਤੇ ਤੂੰ ਤੇ ਬੱਚਾ ਆ। ਇਹ ਸਾਨੂੰ ਕਾਫਰ ਕਹਿੰਦੇ ਮੁਸਲਮਾਨ, ਆਖੋ ਵਾਹਿਗੁਰੂ ਹਾਜ਼ਰ ਹੋ ਜੀ। ਸਾਡੇ ਲਈ ਤੇ ਹਿੰਦੂ ਲਈ ਕੀ ਸ਼ਬਦ ਵਰਤਦੇ? ਕਾਫਰ। ਸੁਣ ਸਿੰਘ ਫਤਿਹਵਾਲੀਆ ਢਾਡੀ ਆਪਣੇ ਇਲਾਕੇ ਦਾ ਹੋਇਆ, ਬੜਾ ਪੁਰਾਣਾ ਢਾਡੀ ਸੀ। ਉਹ ਸਟੇਜ ਤੇ ਸੁਣਾਉਂਦਾ ਕਹਿੰਦਾ ਵੀ ਇੰਨਾ ਰੋਹ ਵਿੱਚ ਆ ਗਿਆ ਵੀ ਸਕੀ ਭੈਣ ਦੇ ਮੂੰਹ ਤੇ ਚਪੇੜ ਮਾਰਤੀ। ਕਾਫਰ ਦੀ ਤਾਰੀਫ ਕਰਦੀ ਹੈ, ਉਹਨੂੰ ਖੁਦਾ ਕਹਿੰਦੀ ਹੈ, ਤੇਰੇ ਸਾਹਮਣੇ ਮੈਂ ਚੱਲਿਆ ਹੀ ਭੈਣ, ਭਾਵੇਂ ਅਸੀਂ ਇਸ ਦੇ ਤੇ ਭਾਵੇਂ ਨਾ ਦੇ, ਮੈਂ ਤੇ ਉਹਨੂੰ ਫੰਡ ਚੱਲਿਆ ਜਾਂ ਜਿਉਂਦਾ ਲਿਆ ਜਾਂ ਮੁਰਦਾ। ਜਦੋਂ ਅਸੀਸ ਦਾ ਨਾਂ ਆਇਆ ਤੇ ਭੈਣ ਨੇ ਆਖਿਆ ਪੁੱਤ ਛੋਟਾ ਸੀ, ਅਸੀਸ ਤੇ ਦਿੰਦੀ ਹਾਂ ਤੈਨੂੰ, ਅਸੀਸ ਦੇ ਕੇ ਭੇਜਦੀ ਹਾਂ। ਉਹਦੀ ਜਿੱਤ ਹੋਵੇ, ਕੀ ਅਸੀਸ ਦਿੱਤੀ ਬੋਲੋ ਨਾ ਗੁਰੂ ਕਿਸੇ, ਅੱਖਾਂ ਅੱਖਾਂ ਮੀਟ ਕੇ ਆਖੋ। ਉਹਦੀ ਜਿੱਤ ਹੋਵੇ ਤੇਰੀ ਹਾਰ ਹੋਵੇ, ਉਹਦੇ ਕੋਲ ਤੂੰ ਜਾਵੇ ਤੇ ਉਹ ਜਿੱਤ ਜਾਵੇ ਤੇ ਤੂੰ ਉਹਦੇ ਪੈਰਾਂ ਚ ਹਾਰ ਕੇ ਡਿੱਗ ਪੈ, ਤੈਨੂੰ ਪਤਾ ਨਹੀਂ ਉਹ ਕਿਹੜੀ ਸ਼ਖਸੀਅਤ ਹੈ। ਰੋਣ ਲੱਗ ਪਈ, ਰੋਂਦੀ ਰੋਂਦੀ ਨੇ ਇਹ ਕਿਹਾ ਤੂੰ ਕਿਤੇ ਉਹਦੇ ਚਰਨਾਂ ਚ ਹਾਰ ਜਾ, ਤੇਰੀ ਤਕਦੀਰ ਚੰਗੀ ਹੋਵੇ ਤੇ ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੇ ਚਰਨਾਂ ਚ ਹਾਰ ਜਾਵੇਂ। ਛੁਡਾ ਕੇ ਘੋੜੇ ਦੀ ਲਗਾਮ ਦੌੜਿਆ, ਰੋਪੜ ਤੋਂ ਜਾ ਕੇ ਕਹਿੰਦਾ ਭੈਣ ਨੇ ਵੀ ਸਿਫਤ ਕਰਤੀ, ਦੁਨੀਆਂ ਵੀ ਬੜੀ ਸਿਫਤ ਕਰਦੀ, ਇੱਕ ਚਿੱਠੀ ਲਿਖੀ ਸੋ, ਆਖੋ ਵਾਹਿਗੁਰੂ ਹਾਜ਼ਰ ਹੋ ਗੁਰੂ ਕੇ ਸਿੱਖੋ, ਮਨ ਟਿਕਿਆ ਹੈ, ਇੱਕ ਚਿੱਠੀ ਲਿਖੀ ਸੋ। ਚਿੱਠੀ ਲਿਖ ਕੇ ਆਪਣੇ ਜਰਨੈਲ ਦੇ ਹੱਥ ਭੇਜੀ, ਕਹਿੰਦਾ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦੱਸੋ ਤਾਰੀਫਾਂ ਤੁਹਾਡੀਆਂ ਬਹੁਤ ਸੁਣੀਆਂ, ਟਿਕਦੇ ਹੋ ਟਿਕੇ ਹੋ ਨਾ, ਤਾਰੀਫਾਂ ਤੁਹਾਡੀਆਂ ਬਹੁਤ ਸੁਣੀਆਂ, ਤੇ ਜੇ ਇੰਨੇ ਹੀ ਵੱਡੇ ਸੂਰਮੇ ਹੋ ਤੇ ਨਾ ਤੁਸੀਂ ਆਪਣੀ ਫੌਜ ਮਰਵਾਓ ਨਾ ਮੈਂ ਆਪਣੀ ਫੌਜ ਮਰਵਾਓ, ਨਾ ਤੁਸੀਂ ਵੀ ਇਕੱਲੇ ਆ ਜਾਓ ਇੱਧਰੋਂ, ਮੈਂ ਵੀ ਉੱਚੀ ਬੋਲੀ ਇਕੱਲਾ ਆ ਜਾਂਦਾ। ਇੱਕ ਇਲਾਕਾ ਹੁੰਦਾ ਜਿਹਨੂੰ ਦੂਨ ਕਹਿੰਦੇ, ਦੂਨ ਪਤਾ ਜੇ ਕਿ ਨਹੀਂ, ਕੀ ਦੋ ਪਹਾੜਾਂ ਦੇ ਵਿਚਕਾਰ ਵਾਲੀ ਖਾਲੀ ਜਗ੍ਹਾ, ਸਤਲੁਜ ਦਾ ਕੰਢਾ, ਸਤਲੁਜ ਦਰਿਆ ਦਾ ਕੰਢਾ ਤੇ ਦੂਨ ਦੋ ਪਹਾੜਾਂ ਦੇ ਵਿਚਲੀ ਜਗ੍ਹਾ, ਉੱਥੇ ਘੋੜਾ ਲੈ ਕੇ ਪੁੱਜ ਗਿਆ। ਇੱਧਰ ਸਾਹਿਬੇ ਆਲਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਉਦੇ ਸਿੰਘ ਨੂੰ ਕਿਹਾ, ਉਦੇ ਸਿੰਘਾ ਆ ਚਿੱਠੀ ਦੇ ਉੱਤੇ ਲਿਖਿਆ ਹੈ ਵੀ ਨਾ ਤੁਸੀਂ ਫੌਜ ਮਰਵਾਓ ਨਾ ਮੈਂ ਫੌਜ ਮਰਵਾਉਣਾ, ਤੁਸੀਂ ਵੀ ਇਕੱਲੇ ਆਓ ਤੇ ਉਦੇ ਸਿੰਘ ਅੱਜ ਤੁਸੀਂ ਪਿੱਛੇ ਬਹਿ ਕੇ ਤਮਾਸ਼ਾ ਵੇਖਿਓ। ਮੈਂ ਹੂੰ ਪਰਮ ਪੁਰਖ ਕੋ ਦਾਸਾ, ਭਾਵੇਂ ਜੰਗ ਹੋਵੇ ਤੇ ਭਾਵੇਂ ਪੌਂਟਾ ਸਾਹਿਬ ਦੀ ਕਾਵਿ ਰਚਨਾ ਕਰਨੀ, ਦੇਖਣ ਆਇਓ ਜਗਤ ਤਮਾਸ਼ਾ। ਮੇਰੇ ਲਈ ਤੇ ਸਾਰਾ ਤਮਾਸ਼ਾ ਹੀ ਆ, ਡਾਇਰੈਕਟਰ ਸੀ ਨਾ। ਉਦੇ ਸਿੰਘ ਨੇ ਆਖਿਆ ਮਹਾਰਾਜ ਇਹੋ ਜਿਹੇ ਕਈ ਆਏ ਸਾਨੂੰ ਭੇਜੋ। ਮਹਾਰਾਜ ਪਾਤਸ਼ਾਹ ਕਹਿੰਦੇ ਨਹੀਂ, ਅੱਜ ਜੋ ਮੰਗੇ ਠਾਕੁਰ ਆਪਣੇ ਤੇ, ਅੱਜ ਉਹਨੇ ਮੰਗਿਆ ਵਾ ਮੈਂ ਇਕੱਲਾ ਜਾਵਾਂ, ਉਧਰ ਮੇਰੀ ਸਰਕਾਰ ਨੇ
ਨੀਲੇ ਰੰਗ ਦਾ ਦਮਾਲਾ ਸਜਾਇਆ, ਉੱਤੇ ਕਲਗੀ ਲਾਈ ਤੇ ਕਾਲਾ ਛਾਲ ਆਪਣੇ ਸਿਰ ਤੇ ਵਲੇਟ ਲਿਆ। ਫੋਟੋ ਵੇਖ ਰਹੇ ਹੋ, ਕਾਲਾ ਸਿਰ ਤੇ ਵਲੇਟ ਲਿਆ। ਸਾਰੇ ਸਿੱਖ ਚੋਜੀ ਮੇਰੇ ਪਿਆਰਿਆ, ਚੋਜੀ ਮੇਰੇ ਗੋਬਿੰਦਾ, ਹਰ ਪ੍ਰਭ ਮੇਰਾ ਚੋਜੀ ਜੀਓ, ਇਸ ਚੋਜ ਨੂੰ ਵੇਖ ਕੇ ਹੈਰਾਨ ਨੇ ਕਿ ਅੱਜ ਸਤਿਗੁਰੂ ਗਰੀਬ ਨਵਾਜ ਨੇ ਕਾਲਾ ਛਾਲ ਕਿਉਂ ਸਿਰ ਤੇ ਵਲੇਟਿਆ। ਜਾਂਦਿਆਂ ਜਾ ਕੇ ਸੈਦ ਖਾਂ ਦੇ ਆਵਾਜ਼ ਦਿੱਤੀ, ਸੈਦ ਖਾਂ ਬੜੀ ਹਸਰਤ ਨਾਲ ਚੜ ਕੇ ਆਇਆ, ਲਿਆ ਪੇ ਵਾਰ ਕਰ ਮੇਰੇ ਉੱਤੇ। ਕਿੰਨੇ ਕਿਹਾ ਸ਼ਾਬਾ ਨਾਲ ਬੋਲੋ ਕਿ ਤੇ ਇਤਿਹਾਸ ਚੇਤੇ ਹੋ ਜੂ, ਮੇਰੇ ਉੱਤੇ ਵਾਰ ਕਰ। ਸੈਦ ਖਾਂ ਨੇ ਆਖਿਆ, ਮਹਾਰਾਜ ਮੈਂ 30,000 ਪਠਾਨ ਲੈ ਕੇ ਆਇਆ ਤੇ ਜੰਗ ਦਾ ਬਹੁਤ ਟ੍ਰੇਂਡ ਆ, ਤੁਸੀਂ ਸੰਤੋ ਮਹਾਤਮਾ ਜੇ ਜੰਗ ਕਰਨ ਆ ਗਏ ਹੋ, ਤੁਹਾਨੂੰ ਕਿਹੜੀ ਜੰਗ ਕਰਨੀ ਆਉਂਦੀ, ਤੁਸੀਂ ਪਹਿਲੋਂ ਵਾਰ ਕਰ ਲੋ। ਸਾਹਿਬ ਕਹਿੰਦੇ ਨਾ, ਚੜ ਕੇ ਤੂੰ ਦਿੱਲੀਓਂ ਆਇਆ, ਪਹਿਲ ਤੇਰੀ। ਉਹ ਜਿਹੜਾ ਛਾਲ ਸੀ ਨਾ, ਛਾਲ ਪਹਿਲਾ ਤੀਰ ਮਾਰਿਆ ਸੈਦ ਖਾਂ ਨੇ ਤੇ ਉਹ ਛਾਲ ਲੈ ਕੇ ਉੱਡ ਗਿਆ ਪਹਿਲੇ ਤੀਰ ਨਾਲ। ਫਿਰ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦਾ ਚਿੱਟਾ ਘੋੜਾ ਸੀ, ਉਹਦਾ ਕਿਸ ਤਰ੍ਹਾਂ ਦਾ ਸੀ? ਇਹ ਸ਼ਾਂਤੀ ਚਾਹੁੰਦਾ ਸੀ ਮੇਰਾ ਸਾਹਿਬ। ਉਹ ਦੂਸਰਾ ਵਾਰ ਕਰ, ਭੱਜ ਕੇ ਜਾ ਕੇ ਘੋੜੇ ਚ ਖਲੋ ਕੇ ਬਰਛੇ ਦਾ ਵਾਰ ਕੀਤਾ। ਬਰਛੇ ਦਾ ਡਿਸਟਰਬ ਨਾ ਕਰੋ, ਜਲਦੀ ਕਰ ਲੋ ਜ਼ੋਰ ਬਰਛੇ ਦਾ ਵਾਰ।